ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਗੱਗੀਦਾ ਸਾਹਿਬ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਤੁਹਾਡੇ ਵਾਲੀ ਗੁੱਡ ਮਾਰਨਿੰਗ ਜੀ। ਕੀ ਹਾਲ ਚਾਲ, ਠੀਕ ਠਾਕ ਹੋ? ਚਾਵਲਾ ਸਾਹਿਬ ਬਹੁਤ ਵਧੀਆ, ਕਿਰਪਾ ਰੱਬ ਦੀ। ਫਿਰੋਜ਼ਪੁਰ ਦੇ ਵਿੱਚ ਜਿਹੜਾ ਕਾਂਡ ਹੋਇਆ ਹੈ, ਉਹ ਮਤਲਬ ਜਿਹੜੀਆਂ ਖਬਰਾਂ ਆ ਰਹੀਆਂ ਨੇ, ਚਲੋ ਉਹ ਸੋਸ਼ਲ ਨੈਟਵਰਕ ਮੀਡੀਆ 'ਤੇ ਬਹੁਤ ਸਾਰੀਆਂ ਖਬਰਾਂ ਨੇ, ਔਰ ਹੁਣ ਉੱਥੇ ਜਿਸ ਤਰੀਕੇ ਨਾਲ ਇਲਜ਼ਾਮਬਾਜ਼ੀ ਹੋ ਰਹੀ ਹੈ, ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ, ਲਗਾਈ ਜਾ ਰਹੀ ਹੈ, ਜਿਸ ਤਰੀਕੇ ਦੇ ਨਾਲ ਜੋ ਕਾਂਡ ਹੋਇਆ, ਪਹਿਲਾਂ ਤਾਂ ਤੁਹਾਡਾ ਨਜ਼ਰੀਆ ਜਾਣਨਾ ਚਾਹੁੰਦੇ ਹਾਂ, ਫਿਰ ਆਪਾਂ ਕਿਸੇ ਵੀਰ ਨੇ ਕੋਈ ਸਵਾਲ ਕਰਨਾ ਹੋਵੇ 905-813-1320 'ਤੇ ਕਾਲ ਕੀਤੀ ਜਾ ਸਕਦੀ। ਹਾਂਜੀ ਕੌਰਵ ਸਾਹਿਬ, ਉੱਥੇ ਨਾ ਹਰਸਿਮਰਤ ਕੌਰ ਬਾਦਲ ਤੇ ਉਹ ਅਕਾਲੀ ਵਰਕਰ ਜਿਹੜੇ ਸੀਗੇ ਉਹ ਜਾ ਰਹੇ ਸੀਗੇ, ਚਲੋ ਉਹਨਾਂ ਦਾ ਇੱਕ ਮੀਟਿੰਗ ਦਾ ਪ੍ਰੋਗਰਾਮ ਸੀ ਜਾਂ ਕੋਈ ਉਹਨਾਂ ਦਾ ਕੋਈ ਨਾਲ ਕੋਈ ਮਾਰਚ ਵੀ ਕਰਨਾ ਸੀਗਾ ਉਹਨਾਂ ਨੇ, ਤੇ ਉਸ ਤਹਿਤ ਕਿਸਾਨ ਆਗੂ ਚਾਹੁੰਦੇ ਸੀਗੇ ਕਿ ਹਰਸਿਮਰਤ ਕੌਰ ਬਾਦਲ ਨਾਲ ਗੱਲ ਕੀਤੀ ਜਾਵੇ, ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਤੇ ਉਹ ਤਿਆਰ ਵੀ ਸੀਗੇ ਕਿਸਾਨ ਆਗੂਆਂ ਨੇ, ਕਹਿਣਾ ਮੰਨ ਲਿਆ ਵੀ ਚਲੋ ਠੀਕ ਆ, ਸਾਡੀ ਬੀਬਾ ਜੀ ਨਾਲ ਗੱਲ ਹੋ ਜਾਣੀ ਆ, ਤੇ ਕੋਈ ਸਵਾਲ ਜਵਾਬ ਹੈਗੇ ਆ, ਸਵਾਲ ਜਵਾਬ ਅਸੀਂ ਕਰਨਾ ਚਾਹੁੰਦੇ ਹਾਂ। ਤੇ ਉਹ ਅਕਾਲੀ ਆਗੂ ਸੀਗੇ, ਉਹ ਕਹਿੰਦੇ ਜੀ ਹਾਂ ਬੀਬਾ ਜੀ ਆ ਰਹੇ, ਤੁਸੀਂ ਸਵਾਲ ਜਵਾਬ ਕਰ ਲਿਓ, ਪਰ ਉਹ ਖੜੇ ਰਹੇ ਸ਼ਾਂਤਪੂਰਵਕ ਕਿਸਾਨ ਆਗੂ, ਤੇ ਉਸ ਤੋਂ ਬਾਅਦ ਬੀਬਾ ਹਰਸਿਮਰਤ ਕੌਰ ਬਾਦਲ ਉੱਥੇ ਆਏ ਤੇ ਚਲੇ ਗਏ। ਜਦੋਂ ਗਏ ਤਾਂ ਉਹਨਾਂ ਨੇ ਕੁਝ ਇੱਕ ਦੋ ਕਾਰਾਂ ਰੋਕੀਆਂ ਕਿਸਾਨਾਂ ਨੇ, ਤੇ ਮੂਹਰੇ ਖੜ ਗਏ ਹੋ ਗਏ ਕਿ ਸਾਡੇ ਨਾਲ ਗੱਲ ਕਰਕੇ ਨਹੀਂ ਗਏ, ਜਿਹਨਾਂ ਵਿੱਚ ਕਿ ਇੱਕ ਕਾਰ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਤੇ ਗੁਰਸੋ ਹਰਸਾਏ ਤੋਂ ਅਕਾਲੀ ਬਸਪਾ ਦੇ ਉਮੀਦਵਾਰ ਦਰਦੇਵ ਸਿੰਘ ਮੋਨੀ ਮਾਨ ਦੀ ਉਹ ਕਾਰ ਸੀਗੀ, ਤੇ ਉਹ ਕਾਰ ਜਦੋਂ ਸੀਗੀ ਤੇ ਉਹ ਮੂਹਰੇ ਖੜ ਗਏ ਬੋਨਟ ਦੇ ਉੱਪਰ, ਤੇ ਬੋਨਟ ਦੇ ਮੂਹਰੇ ਖੜੇ ਤੇ ਕੁਝ ਬੰਦੇ ਖੜ ਗਏ, ਤੇ ਉਹ ਕਾਰ ਭਜਾ ਲਈ ਉਹਨਾਂ ਨੇ, ਬੋਨਟ ਦੇ ਬੰਦੇ ਰਹਿ ਗਏ ਉੱਪਰ ਹੀ, ਤੇ ਕਾਰ ਭਜਾ ਲਈ, ਤੇ ਪਿੱਛੋਂ ਉਹਨਾਂ ਨੇ ਕਿਹਾ ਵੀ ਜਿਹੜਾ ਹੈਗਾ ਵੀ ਪਿੱਛੇ ਕਿਸਾਨ ਭੱਜ ਰਹੇ, ਕਿਸਾਨਾਂ ਨੇ ਰੂੜੇ ਰਾੜੇ ਮਾਰੇ ਉਹਦੇ, ਤੇ ਕਾਰ ਦੇ ਉੱਪਰ ਸਿੱਸਾ ਪੁੱਟਿਆ ਕਾਰ ਦਾ, ਤੇ ਬਾਅਦ ਵਿੱਚ ਇਹਨਾਂ ਦੇ ਜਿਹੜੇ ਜੋਗਿੰਦਰ ਜਿੰਦੂ ਨੀ ਹੈਗੇ ਆ, ਤੇ ਉਮੀਦਵਾਰ ਹੈਗੇ ਆ ਵਰਦੇਵ ਮੋਨੀ, ਇਹਨਾਂ ਨੇ ਫਾਇਰਿੰਗ ਵੀ ਕੀਤੀ ਉੱਥੇ, ਤੇ ਫਾਇਰਿੰਗ ਫੁਰੂ ਕੀਤੀ, ਤੇ ਕਾਫੀ ਮਾਮਲਾ ਵੱਧ ਗਿਆ, ਤੇ ਗੱਡੀ ਗੁੱਡੀ ਫਿਰ ਪਿੱਛੇ ਸੇ ਪੁੱਟ ਗਏ ਉਹਦੇ, ਤੇ ਕਿਸਾਨ ਆਗੂ ਕਹਿ ਰਹੇ ਨੀ ਵੀ ਅਸੀਂ ਤਾਂ ਸਿਰਫ ਮਿਲਣਾ ਚਾਹੁੰਦੇ ਸੀ ਹਰਸਿਮਰਤ ਕੌਰ ਬਾਦਲ ਨੂੰ, ਤੇ ਸਾਡੇ ਨਾਲ ਇੱਦਾਂ ਤੁਸੀਂ ਫਰਜ਼ ਕਰ ਲਓ ਗੱਡੀ ਚੜ੍ਹ ਜਾਂਦੀ ਉੱਪਰ ਕਿਸੇ ਦੇ ਉੱਪਰ, ਉਹਨਾਂ ਦੇ ਖੜੇ ਸੀਗੇ ਤਾਂ ਮਾੜੀ ਗੱਲ ਸੀਗੀ। ਸੁਖਬੀਰ ਬਾਦਲ ਨੇ ਕਿਹਾ ਚਾਵਲਾ ਸਾਹਿਬ ਕਿ ਸਾਰਾ ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਦੀ ਸਹਿਤ ਹੋਇਆ, ਪਰਮਿੰਦਰ ਪਿੰਕੀ ਜਿਹੜਾ ਹੈਗਾ ਕਹਿੰਦਾ ਉਹ ਸਾਨੂੰ ਸਾਰਾ ਪਤਾ ਹੋਣਾ ਵੀ ਇਹ ਕਿਸਾਨਾਂ ਕਿਸਾਨ ਕਿਸੂਨ ਨੀ ਹੈਗੇ, ਇਹ ਸਾਰੇ ਹੀ ਕਾਂਗਰਸੀ ਲੋਕਾਂ ਦੇ ਬਣਾਏ ਹੋਏ ਜਿਹੜੇ ਬੰਦੇ ਹੈਗੇ ਆ, ਇਹ ਕਾਂਗਰਸੀ ਲੋਕ ਹੈਗੇ ਜਿਹੜੇ ਕਿ ਸਾਡੇ ਤੇ ਹਮਲੇ ਕਰ ਰਹੇ, ਸਾਨੂੰ ਇਹ ਲੈ ਰਹੇ ਆ, ਮੁਰਲੇ ਪਾਸਾ ਦਾ ਘਰਾਓ ਕਰ ਰਹੇ ਆ, ਤੇ ਉਹਨੇ ਇਹ ਗੱਲ ਆਖੀ ਹੈ। ਦੂਜੀ ਗੱਲ ਪਿੰਕੀ ਨੇ ਕਿਹਾ, ਕਹਿੰਦਾ ਇਹ ਸਭ ਜਾਣਦੇ ਆ ਲੋਕ ਵੀ ਕਿਸਾਨਾਂ ਨੇ ਕਿਹਾ ਤੁਹਾਨੂੰ ਕਿ ਤੁਸੀਂ ਕਰ ਰਹੋ ਰੈਲੀਆਂ ਨਾ ਕਰੋ, ਜੇ ਤੁਸੀਂ ਸਾਡਾ ਸੰਘਰਸ਼ ਚੱਲ ਰਿਹਾ ਜਾਂ ਕੰਮ ਨਾ ਕਰੋ, ਤੁਸੀਂ ਕਰਦੇ ਹੋ, ਬਾਕੀ ਸਾਡਾ ਚ ਕੀ ਦੋਸ਼ ਹੈ, ਅਸੀਂ ਕੌਣ ਆ, ਅਸੀਂ ਕਿਉਂ ਆ ਕਿਸੇ ਕਿਸਾਨ ਨੂੰ, ਸਾਡੇ ਤਾਂ ਹੈ ਨੀ ਕਿਸਾਨ, ਹੋ ਤੇ ਉਸ ਤਾਂ ਕਿਸਾਨ ਆਗੂ ਨੇ, ਕਿਸਾਨਾਂ ਦੇ ਉੱਪਰ ਤੁਸੀਂ ਜੋ ਮਰਜ਼ੀ ਇਲਜ਼ਾਮ ਲਓ, ਸਾਡੇ ਤੇ ਇਲਜ਼ਾਮ ਲਾਉਣ ਤੋਂ ਕੀ ਥੋੜਾ, ਇਹ ਸੁਖਬੀਰ ਬਾਦਲ ਸਿਆਸੀ ਬਿਆਨ ਹੈਗਾ, ਇਹ ਸਿਆਸੀ ਤੌਰ ਤੇ ਸਿਆਸਤ ਖੇਡ ਕੇ ਸੁਖਬੀਰ ਬਾਦਲ ਇਸ ਮਾਮਲੇ ਨੂੰ ਉਲਟਾ ਪੁਲਟਾ ਕਰਨਾ ਚਾਹੁੰਦੇ ਆ। ਕਾਫੀ ਵਧੀਆ ਮਾਮਲਾ ਚਾਵਲਾ ਸਾਹਿਬ ਉੱਥੇ ਫਿਰੋਜ਼ਪੁਰ ਦੇ ਵਿੱਚ, ਤੇ ਚਲੋ ਅੱਗੇ ਹੁਣ ਪੁਲਿਸ ਵੀ ਸੰਯੁਕਤ ਕਿਸਾਨ ਮੋਰਚਾ ਦੇ ਕਿਸੇ ਬੰਦੇ ਦਾ, ਕਿਉਂਕਿ ਮਸਾਲਾ ਲਾ ਕੇ ਸੋਸ਼ਲ ਨੈਟਵਰਕ ਮੀਡੀਆ 'ਤੇ ਦੋਨੋਂ ਪਾਸਿਆਂ ਤੋਂ ਜਿਹੜੇ ਸਮਰਥਕ ਨੇ ਉਹ ਆਪੋ ਆਪਣੇ ਤਰੀਕੇ ਨਾਲ ਪੇਸ਼ ਕਰ ਰਹੇ ਨੇ, ਕੋਈ ਕਹਿੰਦਾ 2 ਕਿਲੋਮੀਟਰ ਤੱਕ ਜਿਹੜੇ ਨੇ ਉਹ ਕਿਸਾਨ ਨੂੰ ਕਿਸੇ ਘੜੀਸਦੀ ਲੈ ਗਈ, ਬੁਣ ਤੱਕ ਗੱਡੀ, ਕੁਛ ਵੀ ਹੋ ਸਕਦਾ। 2 ਕਿਲੋਮੀਟਰ ਬਹੁਤ ਲੰਬਾ ਸਫ਼ਰ ਹੁੰਦਾ ਹੈ, ਬਹੁਤ ਲੰਬਾ ਸਫ਼ਰ ਹੁੰਦਾ, 2 ਕਿਲੋਮੀਟਰ ਨਹੀਂ ਗਈ, 2 ਕਿਲੋਮੀਟਰ ਨਹੀਂ ਗਈ, ਘੱਟ ਗਈ ਹੈ, 200 ਮੀਟਰ 200 ਮੀਟਰ 200 ਮੀਟਰ ਮੰਨਿਆ ਜਾ ਸਕਦਾ ਹੈ, 2 ਕਿਲੋਮੀਟਰ ਮਤਲਬ ਵੇਖੋ, ਚਲੋ ਹੋ ਸਕਦਾ 2 ਕਿਲੋਮੀਟਰ ਹੋਵੇ ਜਾਂ ਨਹੀਂ, ਪਰ ਮੰਨਣ ਯੋਗ ਨਹੀਂ ਹੈ ਕਿ ਇੰਨਾ ਨਿਰਦਈ ਹੋਊਗਾ ਕੋਈ ਟਰੱਕ ਗੱਡੀ ਚਲਾਉਣ ਵਾਲਾ ਬੰਦਾ ਤੇ ਵਿੱਚ ਬੈਠਾ ਹੋਊਗਾ ਲੀਡਰ ਤੇ ਲੈ ਕੇ ਜਾ ਰਿਹਾ, ਤੇ ਪਲੱਸ ਕਹਿੰਦੇ ਗੋਲੀ ਵੀ ਚੱਲੀ ਉੱਥੇ, ਤੇ ਗੋਲੀ ਕਹਿੰਦੇ ਨੇ ਕਿ ਜਿਹੜੀ ਹੈ ਉਹ ਇਲਜ਼ਾਮਬਾਜ਼ੀ ਹੋ ਰਹੀ ਹੈ ਕਿ ਦੋਨਾਂ ਧਿਰਾਂ ਵੱਲੋਂ, ਕਹੀਂ ਨਹੀਂ ਚਲਾਈ, ਉਹ ਕਹਿੰਦੇ ਉਹਨਾਂ ਨੇ ਚਲਾਈ, ਉਹ ਕਹਿੰਦੇ ਉਹਨਾਂ ਨੇ ਚਲਾਈ। ਖੈਰ ਐਨੀਵੇ, ਹੁਣ ਰਾਜਨੀਤੀ ਜਿਹੜੀ ਹੈ ਸਿੱਖਰਾਂ 'ਤੇ ਉੱਥੇ ਇਸ ਚੀਜ਼ ਨੂੰ ਲੈ ਕੇ ਲਖੀਮਪੁਰ ਖੀਰੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਇਸ ਘਟਨਾ ਨੂੰ, ਪਰ ਅਕਾਲੀ ਇਸ ਚੱਕਰ ਦੇ ਵਿੱਚ ਸਖ਼ਤੇ 'ਚ ਆ ਸਕਦੇ ਨੇ। ਵੋਇਸ ਆਫ ਸਿਟੀ 1320 AM। ਕਾਂਗਰਸ ਦੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਅਹਿਸਾਨ ਜਾਫਰੀ ਦੀ ਪਤਨੀ ਜਾਕਿਆ ਜਾਫਰੀ ਨੇ ਭਾਰਤੀ ਪ੍ਰਧਾਨ ਮੰਤਰੀ ਜਨਾਬ ਨਰਿੰਦਰ ਮੋਦੀ ਅਤੇ 64 ਜਣਿਆਂ ਦੇ ਖਿਲਾਫ਼ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਪਾਈ ਹੈ। ਕਪਿਲ ਸਿੱਬਲ ਆਪਣੇ ਆਪ ਦੇ ਵਿੱਚ ਬੜਾ ਨਾਂ ਹੈ, ਇੱਥੇ ਵੀ ਹੁਣ ਕਾਂਗਰਸ ਦਾ ਜਿਗਰ ਆ ਜਾਊਗਾ, ਕਪਿਲ ਸਿੱਬਲ ਕਹੋਗੇ ਕਾਂਗਰਸ ਦੇ ਬੜੇ ਵੱਡੇ ਨੇਤਾ ਨੇ, ਜਾਕਿਆ ਦੇ ਵਕੀਲ ਨੇ, ਉਹ ਕੀ ਕਹਿਣਾ ਚਾਹੋਗੇ?
ਚਲੋ ਸਾਹਿਬ ਕਪਿਲ ਸਿੱਬਲ ਵੈਸੇ ਕਾਂਗਰਸ ਦੇ ਬੰਦੇ ਨੇ ਪਰ ਉਹ ਕਾਂਗਰਸ ਨੂੰ ਵੀ ਆੜੇ ਹੱਥੀ ਲੈ ਲੈਂਦੇ ਆ ਉਹ ਕਾਂਗਰਸ ਦੇ ਸੋਨੀਆ ਗਾਂਧੀ ਦੇ ਵਿਰੁੱਧ ਵੀ ਬੋਲਦੇ ਰਹੇ ਨੇ ਤੇ ਉਹ ਕਹਿੰਦੇ ਰਹੇ ਨੇ ਕਿ ਇਹਨੂੰ ਸਿਸਟਮ ਸੈੱਟ ਕਰੋ ਭਾਰਤ ਵਿੱਚ ਸਹੀ ਸੈੱਟ ਨਹੀਂ ਚੱਲ ਰਿਹਾ ਕਾਂਗਰਸ ਤਾਹੀ ਡਾਉਣ ਜਾ ਰਹੀ ਹੈ ਦੇਖੋ ਜਿਹੜੇ ਦੰਗੇ ਹੋਏ ਸੀਗੇ ਗੁਜਰਾਤ ਦੇ ਵਿੱਚ ਅਗਰ ਸਾਹਿਬ ਬਹੁਤ ਸਾਰੇ ਮੁਸਲਮਾਨ ਮਾਰੇ ਗਏ ਸੀਗੇ ਉਹਨਾਂ ਵਿੱਚ ਕਾਂਗਰਸ ਦੇ ਸਾਬਕਾ ਐਮ ਪੀ ਅਹਿਸਾਨ ਜਾਫਰੀ ਵੀ ਮਾਰਿਆ ਗਿਆ ਸੀਗਾ ਤੇ ਉਹ ਮੈਂਬਰ ਪਾਰਲੀਮੈਂਟ ਵੀ ਉਸ ਦੰਗਿਆਂ ਦੇ ਵਿੱਚ ਮਾਰਿਆ ਗਿਆ ਦੰਗੇ ਕਹਿ ਲਓ ਪੰਜ ਆਏ ਨੇ ਤੰਗੇ ਤਾਂ ਕਾਂਗਰਸ ਨੇ ਪਰ ਕਤਲੇਆਮ ਕਾਂਗਰਸ ਦੇ ਦੰਗੇ ਦੋਵੇਂ ਪਾਸੇ ਦੇ ਹੁੰਦੇ ਨੇ ਕਤਲੇਆਮ ਸੀਗਾ ਇੱਕ ਪਾਸੇ ਤੁਸੀਂ ਮਾਰਾ ਕਰ ਰਹੇ ਹੋ ਤੇ ਉਸ ਸੰਬੰਧ ਵਿੱਚ ਉਸ ਟਾਈਮ ਮੁੱਖ ਮੰਤਰੀ ਸੀਗੇ ਮੋਦੀ ਜੀ ਤੇ ਇਹਨਾਂ ਨੂੰ ਇੱਕ ਸਿੱਟ ਬਣਾਈ ਸੀ ਸਿੱਟ ਨੇ ਮੋਦੀ ਜੀ ਤੇ ਚੋਣ ਜਣਿਆਂ ਨੂੰ ਦੇਤੀ ਸੀ ਕਲੀਨ ਚਿੱਟ ਉਹ ਕਹਿੰਦੇ ਵੀ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਇਹ ਕਲੀਨ ਚਿੱਟ ਦੇ ਖਿਲਾਫ ਜਿਹੜੀ ਉਹਨਾਂ ਦੀ ਅਹਿਸਾਨ ਜਾਫਰੀ ਦੀ ਪਤਨੀ ਹੈਗੀ ਆ ਜਾਕੀਆ ਜਾਫਰੀ ਉਹ ਸੁਪਰੀਮ ਕੋਰਟ ਦੇ ਵਿੱਚ ਗਈ ਆ ਤੇ ਉਹਨਾਂ ਦਾ ਵਕੀਲ ਹੈ ਕਪਿਲ ਸਿੱਬਲ ਤੇ ਕਪਿਲ ਸਿੱਬਲ ਨੇ ਬੜੇ ਭਾਵਕ ਹੁੰਦਿਆਂ ਗੱਲ ਆਖੀ ਆ ਕਹਿੰਦੇ ਵੀ ਜਦੋਂ ਇਹ ਕਤਲੇਆਮ ਹੁੰਦੇ ਆ ਜਦੋਂ ਹਿੰਸਾ ਹੁੰਦੀ ਆ ਤਾਂ ਉਸ ਟਾਈਮ ਬਹੁਤ ਸਾਰੇ ਨੁਕਸਾਨ ਛੱਡ ਜਾਂਦੀ ਆ ਜਿੱਦਾਂ ਨਾ ਕੋਈ ਲਾਵਾ ਫਟਦਾ ਹੈਗਾ ਜਿੱਦਾਂ ਕੋਈ ਕਿਤੇ ਕੋਈ ਲਾਵਾ ਫਟਦਾ ਹੈਗਾ ਤੇ ਉਸ ਸਮੇਂ ਬੜੇ ਨੁਕਸਾਨ ਬਾਹਰ ਰਹਿ ਜਾਂਦੇ ਆ ਉਹਨੇ ਭਾਵਕ ਹੁੰਦਿਆਂ ਕਿਹਾ ਕਿ ਇਹ ਨੁਕਸਾਨ ਅਜੇ ਵੀ ਬਾਕੀ ਨੇ ਅਸੀਂ ਨੀ ਚਾਹੁੰਦੇ ਕਿਸੇ ਦੇ ਖਿਲਾਫ਼ ਕੋਈ ਕਾਰਵਾਈ ਹੋਵੇ ਜਾਂ ਨਾ ਹੋਵੇ ਪਰ ਅਸੀਂ ਇਹ ਚਾਹੁੰਦੇ ਹਾਂ ਵੀ ਅਦਾਲਤ ਜਿਹੜੀ ਹੈਗੀ ਆ ਉਸ ਦੀ ਮਾਨ ਮਰਿਆਦਾ ਬਣੀ ਰਹੇ ਇੱਕ ਸਿੱਟ ਹੈਗੀ ਆ ਉਹ ਉਹਨਾਂ ਨੂੰ ਮਾਫ਼ ਕਰ ਦਿੰਦੀ ਹੈ ਪਰ ਕਤਲੇਆਮ ਤਾਂ ਹੋਇਆ ਨਾ ਉੱਥੇ ਬੰਦੇ ਤਾਂ ਬਹੁਤ ਮਾਰੇ ਗਏ ਨਾ ਮੁੱਖ ਮੰਤਰੀ ਕੌਣ ਸੀਗੇ ਮੋਦੀ ਜੀ ਉਹਨਾਂ ਨੂੰ ਅਸੀਂ ਕਿੱਦਾਂ ਭੁੱਲ ਸਕਦੇ ਹਾਂ ਹੁਣ ਅਦਾਲਤ ਨੇ ਦੇਖਣਾ ਕਿ ਲੋਕਤੰਤਰਿਕ ਦਾ ਕੀਮਤਾਂ ਜਿੱਦਾਂ ਰੱਖਣਾ ਆਪਾਂ ਨੇ ਜਾਂ ਫਿਰ ਕੁਝ ਰਾਜਨੀਤੀ ਲੋਕ ਜਿਹੜੇ ਹੈਗੇ ਆਪਣੇ ਚਾਲ ਖੇਡਦੇ ਆ ਉਹਨਾਂ ਦੇ ਨਾਲ ਉਹਨਾਂ ਮੁਤਾਬਕ ਹੀ ਆਪਾਂ ਚੱਲਣਾ ਹੈਗਾ ਇਹ ਬੜੇ ਭਾਵੁਕਤਾ ਨਾਲ ਕਪਿਲ ਸਿੱਬਲ ਨੇ ਗੱਲ ਆਖੀ ਹੈ ਕਿ ਇਹ ਨੁਕਸਾਨ ਅੱਜ ਵੀ ਬਾਕੀ ਨੇ ਗੁਜਰਾਤ ਕਤਲੇਆਮ ਦੇ ਗੁਜਰਾਤ ਦੀ ਜੇਕਰ ਉਹਨਾਂ ਦਿਨਾਂ ਦੀ ਆਪਾਂ ਹਿਸਟਰੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਦੰਗੇ ਅਕਸਰ ਉੱਥੇ ਹੁੰਦੇ ਸੀ ਇੱਕ ਧਿਰ ਕਦੀ ਭਾਰੀ ਪੈ ਜਾਂਦੀ ਸੀ ਦੂਜੀ ਧਿਰ ਕਦੇ ਭਾਰੀ ਪੈ ਜਾਂਦੀ ਸੀਗੀ ਉੱਥੇ ਇਹ ਜੇ ਆਪਾਂ ਉਸ ਸਮੇਂ ਦੀ ਜੇਕਰ ਆਪਾਂ ਅਖਬਾਰਾਂ ਕੱਢ ਲਈਏ ਉਸ ਵਕਤ ਦੀਆਂ ਜੇਕਰ ਆਪਾਂ ਰਿਪੋਰਟਸ ਨੂੰ ਪੜ੍ਹ ਲਈਏ ਤਾਂ ਦੰਗੇ ਉੱਥੇ ਹੁੰਦੇ ਸੀ ਦੈਟ ਕਾਲ ਮੀਨ ਕਿ ਦੋਨਾਂ ਧਿਰਾਂ ਦੇ ਵਿੱਚ ਉੱਥੇ ਜਿਹੜੀ ਸੀ ਯੁੱਧ ਵਾਰ ਚੱਲ ਰਿਹਾ ਸੀ ਕਿਸੇ ਵੇਲੇ ਕੋਈ ਧਿਰ ਭਾਰੀ ਹੋ ਜਾਂਦੀ ਸੀ ਉਹ ਦੂਜੇ ਧਿਰ ਦੇ ਬੰਦੇ ਜਿਹੜੇ ਨੇ ਉਹਨਾਂ ਨੂੰ ਖਤਮ ਕਰ ਦਿੰਦੀ ਸੀ ਅਤੇ ਜਿਹੜੀ ਦੂਜੀ ਧਿਰ ਸੀ ਫਿਰ ਬਦਲਾ ਲੈਣ ਲਈ ਦੂਜੀ ਧਿਰ ਦੇ ਵਿੱਚ ਕੁਝ ਇਹੋ ਜਿਹਾ ਉੱਥੇ ਪੜ੍ਹਨ ਸੁਣਨ ਉਦੋਂ ਮਿਲਦਾ ਵੀ ਰਿਹਾ ਹੈ ਵੋਇਸ ਆਫ ਸਿਟੀ 1320 ਜੇ ਤੁਸੀਂ ਸਿਮਰਤੀ ਇਰਾਨੀ ਨੂੰ ਇਸ ਕਤਲੇਆਮ ਦੀ ਜਿਹੜੀ ਤੁਸੀਂ ਜ਼ਿਕਰ ਕਰਦੇ ਹੋ ਉਦੋਂ ਮੁੱਢਲੇ ਰੂਪ ਦੇ ਵਿੱਚ ਜਿਹੜੀ ਅੱਜ ਭਾਜਪਾ ਦੀ ਬਹੁਤ ਵੱਡੀ ਇੱਕ ਲੀਡਰ ਹੈ ਉਹਦੀਆਂ ਉਸ ਵਕਤ ਦੀਆਂ ਸਟੇਟਮੈਂਟ ਤੁਸੀਂ ਪੜ੍ਹ ਲਓ ਜਦੋਂ ਇਹ ਐਜ ਏ ਮਤਲਬ ਡਰਾਮਿਆਂ 'ਚ ਆਉਂਦੀ ਸੀ ਤਾਂ ਉਹ ਟੋਟਲੀ ਹਾ ਦਾ ਨਾਰਾ ਮਾਰਦੀ ਸੀਗੀ ਟੋਟਲੀ ਇਹਦਾ ਵਿਰੋਧ ਕਰਦੀ ਸੀ ਟੋਟਲੀ ਉਸ ਵਕਤ ਦੀ ਸਰਕਾਰ ਦੇ ਖਿਲਾਫ਼ ਇਹਦੀਆਂ ਬਿਆਨਬਾਜ਼ੀਆਂ ਆਉਂਦੀਆਂ ਸੀ ਅਤੇ ਅਸੀਂ ਪੜ੍ਹ ਕੇ ਵੀ ਸੁਣਾਈਆਂ ਸੀ ਜ਼ਿਕਰ ਵੀ ਕੀਤਾ ਤਾਂ ਸਾਨੂੰ ਇਸ ਕਰਕੇ ਗੱਲ ਇਹਦੀ ਯਾਦ ਹੈ ਕਿ ਜਦੋਂ ਇਹਨੇ ਬਿਆਨਬਾਜ਼ੀ ਕੀਤੀ ਸੀ ਇਸ ਮਨੁੱਖਤਾ ਦੇ ਘਾਣ ਦੀ ਨਿਖੇਧੀ ਕੀਤੀ ਸੀ ਦੋਨਾਂ ਪਾਸਿਆਂ ਤੋਂ ਉੱਥੇ ਲੜਾਈ ਹੁੰਦੀ ਸੀ ਤਗੜੇ ਹੁੰਦੇ ਸੀ ਦੰਗੇ ਕਹਿ ਜਾ ਸਕਦੇ ਏ ਪੀ ਐੱਸ ਦਿਓਲ ਦੇ ਅਸਤੀਫੇ ਤੋਂ ਬਾਅਦ ਇਹ ਬੜਾ ਚਰਚਾ ਦੇ ਵਿੱਚ ਹੈ ਅਡੀਸ਼ਨਲ ਐਡਵੋਕੇਟ ਜਨਰਲ ਮੁਕੇਸ਼ ਬੇਰੀ ਨੇ ਵੀ ਆਪਣਾ ਅਸਤੀਫਾ ਦੇ ਮਾਰਿਆ ਵੀ ਚਲੋ ਵੀ ਤਾਏ ਦੀ ਧੀ ਚੱਲੀ ਅਤੇ ਮੈਂ ਕਿਉਂ ਰਹਾਂ ਇਕੱਲੀ ਕੀ ਕਹਿਣਾ ਚਾਹੋਗੇ ਇਹਨਾਂ ਨੇ ਕਿਹਾ ਕਿ ਜਿਹੜਾ ਏ ਪੀ ਐੱਸ ਦਿਓਲ ਸਾਡੇ ਸੀਨੀਅਰ ਲਾਇਰ ਹੈਗੇ ਆ ਹਾਈ ਕੋਰਟ ਦੇ ਤੇ ਇਹਨਾਂ ਨੂੰ ਬਣਾਇਆ ਸੀਗਾ ਉਹਨਾਂ ਨੇ ਐਡਵੋਕੇਟ ਜਨਰਲ ਏ ਜੀ ਬਣਾਇਆ ਗਿਆ ਸੀਗਾ ਤੇ ਮੈਂ ਪਹਿਲੇ ਖੈਰ ਅਡੀਸ਼ਨਲ ਐਡਵੋਕੇਟ ਜਨਰਲ ਹੈਗਾ ਇਹਨਾਂ ਕਿਹਾ ਕਿ ਇਹਨਾਂ ਦਾ ਜਿੱਦਾਂ ਦਾ ਅਧਿਐਨ ਹੋਇਆ ਜਿਸ ਤਰੀਕੇ ਦੇ ਨਾਲ ਉਹ ਮਾਨਤਾ ਪ੍ਰਾਪਤ ਨਹੀਂ ਹੈਗਾ ਅਸੀਂ ਇਸ ਨੂੰ ਮਾਨਤਾ ਨਹੀਂ ਦੇ ਸਕਦੇ ਇਹ ਵਕੀਲਾਂ ਦੀ ਕਹਿੰਦੇ ਵੀ ਜਿਹੜਾ ਅਸਤੀਫਾ ਹੈ ਇਹ ਵਕੀਲਾਂ ਦੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਦੀ ਤੋਹੀਨ ਹੈਗੀ ਆ ਵਕਾਲਤ ਦੇ ਅਹੁਦੇ ਦੀ ਵਕਾਲਤ ਦੇ ਪੇਸ਼ੇ ਦੀ ਇਹ ਤੋਹੀਨ ਹੈਗੀ ਆ ਏਦਾਂ ਦਾ ਇਸ ਕਰਕੇ ਮੈਨੂੰ ਬੜਾ ਦੁੱਖ ਹੋਇਆ ਤੇ ਮੈਂ ਵੀ ਇਸ ਅਹੁਦੇ ਤੋਂ ਅਡੀਸ਼ਨਲ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ ਤੇ ਇਹ ਉਹਨਾਂ ਨੇ ਅਸਤੀਫਾ ਦਿੱਤਾ ਹੈਗਾ ਚਾਵਲਾ ਸਾਹਿਬ ਚਰਚਾ ਵਿੱਚ ਤਾਂ ਖੈਰ ਲਹਿਰ ਸਾਹਿਬ ਵੀ ਹੈਗੇ ਆ ਤਰਨ ਲਹਿਰ ਜਿਹੜੇ ਹੈਗੇ ਆ ਜਿਹੜਾ ਸਾਡੇ ਉਪ ਮੁੱਖ ਮੰਤਰੀ ਸੁੱਖੀ ਰੰਧਾਵਾ ਜੀ ਉਹਨਾਂ ਦੇ ਦਮਾਦ ਹੈਗੇ ਆ ਉਹ ਵੀ ਚਰਚਾ ਵਿੱਚ ਹੈਗੇ ਆ ਉਹਦੇ ਬਾਰੇ ਵੀ ਪਤਾ ਆਪਾਂ ਨੂੰ ਕਿ ਜਿਹੜਾ ਬਾਜਵਾ ਸਾਹਿਬ ਨੇ ਕਦੇ ਜਗਨ ਸਿੰਘ ਬਾਜਵਾ ਨੇ ਉਹਨੂੰ ਅਸਤੀਫਾ ਮੰਗਿਆ ਕਿ ਇਹਦੇ ਵਿੱਚ ਤੁਸੀਂ ਵੀ ਆਪਣੇ ਤਰੀਕੇ ਨਾਲ ਹੁਣ ਐਡਵੋਕੇਟ ਅਡੀਸ਼ਨਲ ਐਡਵੋਕੇਟ ਦਾ ਮਿਲਾ ਰਹੇ ਹੋ ਜਦੋਂ ਮੇਰੇ ਪੁੱਤ ਨੂੰ ਨੌਕਰੀ ਦਿੱਤੀ ਸੀ ਸਬ ਇੰਸਪੈਕਟਰ ਦੀ ਪੁਲਿਸ 'ਚ ਤੁਸੀਂ ਪਹਿਲੇ ਬੰਦੇ ਜਿਹਨਾਂ ਨੇ ਕਿਹਾ ਸੀ ਏਦਾਂ ਨੌਕਰੀ ਨਹੀਂ ਮਿਲਣੀ ਚਾਹੀਦੀਆਂ ਤੇ ਇਹ ਗੱਲ ਚਾਵਲਾ ਸਾਹਿਬ ਲਗਾਤਾਰ ਚੱਲ ਰਹੀ ਹੈਗੀ ਆ ਕਾਂਗਰਸ ਆਪਣੇ ਹੀ ਚੱਕਰ ਵਿਊਹ ਵਿੱਚ ਘਿਰਦੀ ਜਾ ਰਹੀ ਆ ਜੀ ਅਗਲਾ ਬੜਾ ਕੁਐਸਚਨ ਅਹਿਮ ਹੈ ਕਿ ਰਾਜਾ ਵੜਿੰਗ ਐਕਸ਼ਨ ਦੇ ਵਿੱਚ ਨੇ ਸਮਾਂ ਥੋੜ੍ਹਾ ਐਕਸ਼ਨ ਜ਼ਿਆਦਾ ਕਰਨਾ ਚਾਹੁੰਦੇ ਨੇ ਉਹ ਕਰ ਵੀ ਰਹੇ ਨੇ
पर सवाल भी उठता है कि जदा कोई भ्रिष्ट नेता जिहड़ा कांग्रेस का हो विरोधी धिर का हो जो ईडी वालों फाइल जाती है तो वह भ्रिष्ट नेता जो दल बदल के भाजपा के आ जाता पता नहीं कि पतंदर डिटर्जेंट पाउडर है कि सीधा एन लिशकना शुरू हो जाता वह एन साफ सुथरा सारा दुध धोता हाँ जी माख्यों मिठा भी कोई है ही नहीं ये तो बंदा ही बड़ा वधिया सीगा ये साड़ी पार्टी च आ गया साफ हो गया पवित्र हो गया फुल फड़ लिया। इस तरह राजा वड़िंग कांग्रेस के ने पंजाब दे विच कलियां अकालिया दियां बसां नहीं चलदियां जां होरना दियां बसां नहीं चलदियां कांग्रसियां दियां बसां ही चलदियां ने कांग्रेस दियां बसियां बसां जिहड़ियां ने उहनां दे ऑफिस दे विच सारा कुछ ते ऐन कानून के मुताबिक हो रहा सारे दे टैक्स पे ने जी कोई बस जी तो खामी है ही नहीं। राजा वड़िंग साहब ऐनक ही नहीं दिख रही भी जिद नाल मैं वह भी देख ला कि कांग्रसियां दी बसा ने टैक्स पूरे पे किए ने ये समय के नाल टाइम चक दियां ने जां फिर ये धाकड़ रवैया अपना के जिन्होंने टाइम चक रही ने इनू कहिंदे अन्ना वंडे रूड़ियां मुड़ मुड़ अपने देवे साडे लई अकाली भी इहो जिहे कांग्रसी भी इहो जिहे भाजपाई भी इहो जिहे ते साडे लई ए बी सी ये भी सवाल उठते ने कि बादलों के परिवार च एक बादल होर भी आदियाँ बसा भी है ने हाँ जी हैनरी साहब दियाँ भी है ने कांग्रसियां बसा भी है टैक्स उन्होंने सारे दे राजा जी पेड ने एक्शन चो चंगी गल है। राजपुरा विच इंडो कनेडियन समेत ऑर्बिट दियाँ बसा लाइया खूंजे कब्जे के जीरकपुर मोहाली विच भी चैकिंग जारी है की कहना चाहोगे ਕਾਂਗਰਸ ਸਾਹਿਬ ਤੁਹਾਡੀ ਗੱਲ ਬਿਲਕੁਲ ਇਹ ਬਾਜ਼ਮ ਹੈਗੀ ਆ ਜਿਹੜੀ ਤੁਸੀਂ ਆਖੀ ਆ ਕਿ ਸਾਰੀਆਂ ਬੱਸਾਂ ਚੈਕਿੰਗ ਹੋਣੀ ਚਾਹੀਦੀ ਆ। ਪਿਛਲੇ ਦਿਨੀ ਕਾਫੀ ਬੱਸਾਂ 200 ਦੇ ਕਰੀਬ ਬੱਸਾਂ ਇਹਨਾਂ ਨੇ ਜਿਹੜੀਆਂ ਕਿ ਕੰਪਾਊਂਡ ਕੀਤੀਆਂ ਨੇ ਇੰਪਾਊਂਡ ਕੀਤੀਆਂ ਨੇ ਬੱਸਾਂ ਤੇ ਉਹ ਕਬਜ਼ੇ 'ਚ ਲਈਆਂ ਹੈਗੀਆਂ ਨੇ ਤੇ ਹੁਣ ਅਸਲ ਵਿੱਚ ਜਿਹੜੀਆਂ ਕੁਝ ਬੱਸਾਂ ਹੁੰਦੀਆਂ ਨੇ ਨਾ ਜਿਹੜੇ ਕੁਝ ਵੱਡੇ ਘਰਾਣੇ ਦੀਆਂ ਬੱਸਾਂ ਨੇ ਉਹਨਾਂ ਵਿੱਚ ਕਾਂਗਰਸੀ ਵੀ ਹੈਗੀ ਆ ਚੈਕਿੰਗ ਹੋਣੀ ਚਾਹੀਦੀ ਆ ਉਹਨਾਂ ਬੱਸਾਂ ਦੀ ਵੀ ਤੇ ਉਹਨਾਂ ਵਿੱਚੋਂ ਵੀ ਕੁਝ ਬੱਸਾਂ ਪਹਿਲਾਂ ਕਬਜ਼ੇ 'ਚ ਲਈਆਂ ਗਈਆਂ ਨੇ ਚੱਲਦਾ ਸਰ ਤੇ ਹੁਣ ਜਿਹੜਾ ਹਾਲਾਤ ਇਹ ਨੇ ਕਿ ਇਹ ਜਿਹੜੀ ਇੰਡੋ ਕੈਨੇਡੀਅਨ ਸਰਵਿਸ ਹੈਗੀ ਆ ਇਹ ਮੇਰੇ ਖਿਆਲ 'ਚ ਬਾਦਲਾਂ ਦੀ ਹੈਗੀ ਆ ਤੇ ਇਹਨਾਂ ਨੇ ਹੁਣ ਤਰੀਕਾ ਕੀ ਆ ਮੌਕੇ ਤੇ ਕੀ ਕਰਦਾ ਬੰਦਾ ਉਹ ਕਹਿੰਦਾ ਵੀ ਇਹ ਜਾ ਰਹੀ ਆ ਸਰਸੇ ਤੋਂ ਚੰਡੀਗੜ੍ਹ ਉਹਨਾਂ ਨੇ ਅੰਦਰ ਗਏ ਨੇ ਗਿਆ ਉਹ ਜਵਾਸ ਦੇ ਵਿੱਚ ਕਹਿੰਦੇ ਵੀ ਤੁਸੀਂ ਕਿੱਥੋਂ ਚੜੇ ਹੋ ਯਾਰ ਬਸ ਕਹਿੰਦੇ ਸਰਸੇ ਤੋਂ ਚੜੇ ਆ ਕਹਿੰਦੇ ਵੀ ਤੁਸੀਂ ਕਿੱਥੇ ਜਿਹੜੇ ਨਾ ਸੂਰਗੜ੍ਹ ਚੜੇ ਆ ਤੁਸੀਂ ਕਿੱਥੋਂ ਕਹਿੰਦਾ ਐਲਨਾਬਾਦ ਚੜੇ ਆ अच्छा मतलब कि किन्ने बंदे ऐलनाबाद तो एक कसूरगढ़ तो एक ऐलनाबाद तो बाकी सब सरसे तो कहना एक टूरिस्ट बस हैगी है टूरिस्ट बस का किराया जो होंगे टैक्स बद हों 5500 रुपए में भरना पैंदा तो यह बरतदे जी कि आम तौर पर भी इतों चक लिया इतों चक्या सवारी उत्थे चलनिया ने बस इन्ना काम करते हैं कहना यह टैक्स बद बनता टैक्स चोरी कर रहे हैं बेशक बस ठीक है पर टैक्स बद देना बनता इस तरीके उन्होंने कहना मैं जो सवारियां है ने चंडीगढ़ छड़निया ने चंडीगढ़ छड़वा के सवारी उस तो बाद फिर तो बस में कब्जे लवेंगे अं इस अलावा ऑर्बिट ने भी कुछ बसा कब्जे लिया ने जीरकपुर के भी कुछ बसा 8 बसा मोहाली के कब्जे लिया ने कुछ जीरकपुर के कब्जे लिया ने बसा सिर्फ विरोधियों दी बसा दिखाई दे रही ने जां अपने आलियां दी बसा ने उन्होंने लिस्ट तुहाडे कोल हैगी आ भी अपने आलियां ने इन्हां नूं जान दिओ करो भी चलाओ चम दियां करो मन मर्जियां हन वो सारिया दुध धोतिया ने जी आप कहने कि जो भाजपा ही शामिल हो जाता कोई भी करप्ट नेता तो वह दुध धोता हो जाता तो ये बाकी बसा जिहड़ियां रोड से चल दियां ने छड़ के कांग्रसियां तो बाकी सारिया तो हो गई जी टैक्स ना पे करन वालियां खामिया वालियां जां उस समय दिन पहला समा चुकदियां ने टाइम जां अगों पिछों चुकदियां ने जां धक्का करदियां ने तो इन्हां वालियां सारिया दुध धोतिया हो गई हैं वाह जी वाह उन्हां दी सारी मतलब सेफ्टी भी वधिया हो गई सारिया एन क्लीयर ने इंसानियत वास्ते भी तो रोड वास्ते भी। वॉइस ऑफ सिटी 1320 AM ते आ बीबी आ कंगना रनौत इन्हें तो पहले ही बना लिया होना भी मैं पद्मश्री रखना किवें टका के कहा हर एक आउंदे नूं दहे कि मैनूं पद्मश्री मिलिया वैसे चलो दिता सरकार ने बहुत सारे आ कि चंगे फैसले भी लए ने चंगी गल है बहुत सारे अजिहे लोग ने जिहड़े डिजर्व करदे ने पर आ जिस तरीके दे नाल आ मूँह फट बीबी है हाँ जी हुण पद्मश्री लैन तो बाद फिर आप एक बार इन्हें जिहड़ा बयानबाजी की है खास तौर पर जिहादियों के दुश्मन देशों के विरुद्ध और खालिस्तानियों के खिलाफ की लगता है तुहानू की साबित करना चाहते हो
ਸਾਊਥ ਚੌਧਰ ਸਾਹਿਬ ਖੇਰ ਆਪਾਂ ਇਹ ਔਰ ਜਿਹੜੀ ਹੈਗੀ ਬਬੋਲੀ ਬੀਬੀ ਹੈਗੀ ਆ, ਤੁਸੀਂ ਪਹਿਲੀ ਗੱਲ ਕਹਿਤੀ ਹੈ ਕਿ ਇਸ ਨੇ ਆਪਣੇ ਤਰੀਕੇ ਨਾਲ ਕੰਮ ਕਰਨਾ ਹੁੰਦਾ। ਕਹਿੰਦੀ ਮੈਂ ਸ਼ੁਰੂ ਵਿੱਚ ਫਿਲਮਾਂ 'ਚ ਆਈ ਸੀਗੀ, ਫਿਲਮਾਂ 'ਚ ਆ ਕੇ ਕਹਿੰਦੀ ਮੈਨੂੰ ਬੜਾ ਕੁਛ ਝੱਲਣਾ ਪਿਆ, ਬੜੀਆਂ ਦੁਸ਼ਵਾਰੀ ਝੱਲਣੀਆਂ ਪਈਆਂ ਮੈਨੂੰ, ਤੇ ਮੈਂ ਬਹੁਤ ਸਾਰੇ ਮੈਂ ਪੈਸੇ ਕਮਾਉਣ ਤੋਂ ਜ਼ਿਆਦਾ ਦੁਸ਼ਮਣ ਕਮਾਏ ਆ। ਕਹਿੰਦੀ ਹੁਣ ਦੇਖ ਲਓ ਤੁਸੀਂ, ਹੁਣ ਮੈਂ ਸੱਚ ਬੋਲੀ ਹਾਂ, ਦੁਸ਼ਮਣ ਇਸ ਤਰ੍ਹਾਂ ਖਿਲਾਫ਼ ਬੋਲੀ ਹਾਂ, ਯਾਦੀਆਂ ਖਿਲਾਫ਼ ਬੋਲੀ ਹਾਂ, ਖਾਲਿਸਤਾਨ ਖਿਲਾਫ਼ ਬੋਲੀ ਹਾਂ, ਮੇਰੇ ਖਿਲਾਫ਼ ਕਿੰਨੇ ਕੇਸ ਦਰਜ ਹੋ ਚੁੱਕੇ ਆ। ਕਹਿੰਦੀ ਪਰ ਮੈਂ ਪਰਵਾਹ ਨੀ ਕਰਦੀ, ਇਹ ਜਿਹੜੇ ਜਹਾਦੀ ਹੈਗੇ ਖਾਲਿਸਤਾਨ ਦੁਸ਼ਮਣ ਹੈ, ਖਾਲਿਸਤਾਨੀਆਂ ਤੇ ਜਹਾਦੀਆਂ ਨੇ, ਖਾਲਿਸਤਾਨੀਆਂ ਤੇ ਜਹਾਦੀਆਂ ਨੇ ਤੇਰੇ ਖਿਲਾਫ਼ ਤੇ ਕੇਸ ਕੀਤਾ ਹੀ ਕੋਈ ਨੀ? ਕੋਈ ਕੇਸ ਨੀ ਕੀਤਾ, ਤੇ ਉਹਨਾਂ ਨੇ ਕੋਈ ਕੇਸ ਨੀ ਕੀਤਾ, ਪਰ ਉਹ ਬੀਬੀ ਕਹਿੰਦੇ ਵੀ ਮੇਰੇ ਤੇ ਬਹੁਤ ਕੇਸ ਦਰਜ ਹੋ ਗਏ ਨੇ। ਤੇ ਹੁਣ ਚਾਵਲਾ ਸਾਹਿਬ ਗੱਲ ਇਸ ਤਰ੍ਹਾਂ ਵੀ ਬੜੀ ਵੱਡੀ ਚਰਚਾ ਚੱਲ ਗਈ ਹੈ ਭਾਰਤ ਵਿੱਚ, ਪਦਮ ਸ਼੍ਰੀ ਲੈ ਕੇ ਬੜੀ ਵੱਡੀ ਚਰਚਾ ਹੈ ਕਿ ਬੜੀ ਟਵਿੱਟਰ ਦੇ ਉੱਤੋਂ ਲੈ ਕੇ ਕੋਈ ਐਸਾ ਟਵੀਟ ਨਹੀਂ ਮਿਲ ਰਿਹਾ ਮੈਨੂੰ ਜਿਹੜਾ ਕਿ ਇਹਨੂੰ ਵਧਾਈ ਦੇ ਰਿਹਾ, ਬਹੁਤੀ ਵਧਾਈ ਦੇ ਰਿਹਾ ਲੰਬੀ ਚੌੜੀ, ਤੇ ਸਗੋਂ ਲਾਹਨਤਾਂ ਪੈ ਰਹੇ ਨੇ ਕੇਂਦਰ ਸਰਕਾਰ ਨੂੰ। ਸੋਨੂੰ ਸੂਦ ਐਡਾ ਬੜਾ ਕੱਦਾਵਰ ਨੇਤਾ ਤੇ ਕੱਦਰਾਵਰ ਜਿਹੜਾ ਅਭਿਨੇਤਾ ਹੈਗਾ, ਜਿਸ ਬੰਦੇ ਨੇ ਕੋਰੋਨਾ ਦੇ ਵਿੱਚ ਕਿੰਨੇ ਲੋਕਾਂ ਦਾ ਭਲਾ ਕੀਤਾ, ਕਿੰਨੇ ਲੋਕਾਂ ਨੂੰ ਆਪਣੇ ਘਰੋਂ ਘਰੀ ਬਚਾਇਆ, ਉਸ ਇਹ ਗੱਲ ਉੱਠੀ ਹੈ ਵੱਡੇ ਪੱਧਰ ਤੇ ਕਿ ਉਸ ਬੰਦੇ ਨੂੰ ਵਿਰਵਾ ਕਿਉਂ ਰੱਖਿਆ ਗਿਆ ਪਦਮ ਸ਼੍ਰੀ ਤੋਂ, ਜਿਹੜਾ ਕਿ ਐਡਾ ਵੱਡਾ ਕੰਮ। ਜੇ ਤੁਸੀਂ ਫਿਲਮੀ ਹਸਤੀਆਂ ਨੂੰ ਦੇ ਰਹੇ ਹੋ ਤਾਂ ਇਸ ਤੋਂ ਵੱਡੀ ਸਮਾਜ ਸੇਵਾ ਹੋਰ ਕੀ ਹੋ ਸਕਦੀ ਹੈ? ਕਿਸੇ ਨੂੰ ਘਰੇ ਇੱਕ ਨੂੰ ਪਹੁੰਚਾ ਦਿੱਤੋ, ਉੱਥੇ ਮਕਾਨ ਤੱਕ ਬਣਾ ਦਿੱਤੇ ਗਏ, ਪੜ੍ਹ ਰਹੇ ਉਹ ਥੱਲੇ ਥੱਲੇ ਸੋਸ਼ਲ ਨੈਟਵਰਕ ਮੀਡੀਆ ਤੇ ਤੁਸੀਂ ਪੜ੍ਹੋ ਨਾ ਵੀ ਜੇ ਭਾਜਪਾ ਦਾ ਉਂਗਲੀ ਫੜ ਲੈਂਦਾ, ਭਾਜਪਾ ਦਾ ਫੁੱਲ ਫੜ ਲੈਂਦਾ ਤੇ ਸੋਨੂ ਸੂਦ ਦਾ ਪਹਿਲਾ ਨਾਂ ਹੋਣਾ ਸੀ, ਇਹ ਵੀ ਲਿਖਿਆ ਜਾ ਰਿਹਾ ਥੱਲੇ। ਮੈਂ ਨਹੀਂ ਕਹਿ ਰਿਹਾ, ਸੋਸ਼ਲ ਨੈਟਵਰਕ ਮੀਡੀਆ ਪੜ੍ਹੋ ਤੁਸੀਂ, ਕਮੈਂਟ ਵੱਡੇ ਵੱਡੇ ਬੁੱਧੀਆਂ ਜੀਵੀਆਂ ਦੇ ਉੱਤੇ, ਹੈ ਨਾ। ਸੋ ਫਿਰ ਸ਼ਾਇਦ ਬੀਬੀ ਨੂੰ ਬਾਅਦ ਚ ਮਿਲਦਾ, ਉਹਨੂੰ ਪਹਿਲਾਂ ਮਿਲ ਜਾਂਦਾ, ਕਿਉਂਕਿ ਉਹਨੇ ਖਾਲਸਾ ਕਹਿ ਕੇ ਬੀਬੀ ਨੇ ਚਾਵਲਾ ਸਾਹਿਬ ਜੈਡ ਸਕਿਉਰਿਟੀ ਲੈ ਚੁੱਕੀ ਹੈ ਨਾ ਜੀ, ਉਹ ਚੰਗੀ ਗੱਲ ਹੈ, ਬਹੁਤ ਚੇਤੀ ਹੈਗੀ ਆ ਹੁਣ ਇਹਨਾਂ ਦੀ, ਕੀ ਕਰ ਸਕਦੇ ਆ ਆਪਾਂ ਜੇਕਰ ਇਲਾਕੇ ਦੇ ਲੋਕ ਸੈਣ ਕਹਿੰਦੇ ਸੀਗੇ ਤੇ ਇਸ ਦੇ ਖਿਲਾਫ਼ ਬੜਾ ਕੁਛ ਲੋਕ ਬੋਲਦੇ ਸੀਗੇ ਇਹ ਚੁਪਨੀ ਮਹੰਤੋ ਦੇ ਖਿਲਾਫ਼, ਤੇ ਬੜੀ ਕਮਾਲ ਦੀ ਗੱਲ ਆ ਕਿ ਚੁਪਨੀ ਮਹੰਤੋ ਨੂੰ ਮਿਲਿਆ ਪਦਮ ਸ਼੍ਰੀ ਕਿਸ ਕੰਮ ਵਾਸਤੇ, ਕਿ ਉਹਨਾਂ ਨੇ ਸਮਾਜ ਸੇਵਾ ਚ ਬਹੁਤ ਵੱਡਾ ਕੰਮ ਕੀਤਾ ਹੈਗਾ। ਇਸ ਬੀਬੀ ਨੂੰ ਜਿਹੜੀ ਡੈਣ ਸੀਗੀ, ਇਸ ਬੀਬੀ ਡੈਣ ਕਹਿੰਦੇ ਸੀ, ਡੈਣ ਨੀ ਹੈਗੀ ਵੈਸੇ, ਉਹਨੂੰ ਕਹਿੰਦੇ ਸੀ ਵੀ ਡੈਣ ਹੈਗੀ ਹੈ, ਤੇ ਇਸ ਬੀਬੀ ਨੂੰ ਲੋਕ ਘਰੋਂ ਬਾਹਰ ਰੱਖਦੇ ਸੀਗੇ, ਈਵਨ ਕਿ ਇਸ ਨੂੰ ਨਫ਼ਰਤ ਕਰਦੇ ਸੀ ਲੋਕ, ਤੇ ਪਰ ਇਸ ਨੇ ਸਮਾਜ ਸੇਵਾ ਦੇ ਵਿੱਚ ਬੜਾ ਵਧੀਆ ਕੰਮ ਕੀਤੇ ਆ, ਵੱਖੋ ਵੱਖਰੀ ਸਮਾਜ ਸੇਵਾ ਕੀਤੀ ਆ ਲੋਕਾਂ ਦੀ, ਔਰਤਾਂ ਦੀ ਭਲਾਈ ਵਾਸਤੇ ਬੜੇ ਕੰਮ ਕੀਤੇ ਆ, ਤੇ ਇਸ ਔਰਤ ਨੂੰ ਵੀ ਪਦਮ ਸ਼੍ਰੀ ਮਿਲਿਆ, ਅਜਿਹੀ ਔਰਤ ਨੂੰ ਪਦਮ ਸ਼੍ਰੀ ਮਿਲਿਆ, ਤੇ ਇਹਦੇ ਪਿਛੋਕੜ ਕੀ ਆ, ਖੈਰ ਮੈਨੂੰ ਨੀ ਇਹਦੇ ਬਾਰੇ ਪਤਾ ਬਹੁਤਾ, ਪਰ ਜਿਹੜੀ ਖ਼ਬਰਾਂ ਲੱਗੀਆਂ ਨੇ ਉਹ ਇਹ ਸਿਰਫ਼ ਹੈਗੀ ਆ ਵੀ ਜਿਸਨੂੰ ਲੋਕ ਡੈਣ ਸਮਝਦੇ ਸੀਗੇ ਉਸ ਨੂੰ ਵੀ ਪਦਮ ਸ਼੍ਰੀ ਅਵਾਰਡ ਮਿਲਿਆ। ਅੱਛਾ, ਜਿਹੜੀ ਇੱਕ ਬੀਬੀ ਸ਼ਾਮਿਲ ਹੋਈ ਹੈ ਰੁਪਿੰਦਰ ਕੌਰ ਰੂਬੀ ਕਾਂਗਰਸ ਦੇ ਵਿੱਚ, ਬੜਾ ਹੜਕੰਮ ਮੱਚਿਆ ਹੋਇਆ, ਸੀਐਮ ਚੰਨੀ, ਨਵਜੋਤ ਸਿੱਧੂ, ਮਨਪ੍ਰੀਤ ਬਾਦਲ ਹੋਣਾਂ ਦੀ ਹਾਜ਼ਰੀ ਦੇ ਵਿੱਚ ਇਹ ਨੇਲੇ ਦੇ ਦਿਲਾ ਮਾਰਿਆ ਗਿਆ ਹੈ ਕਾਂਗਰਸ ਵੱਲੋਂ, ਕਿਉਂਕਿ ਉਹਨਾਂ ਦਾ ਇੱਕ ਬੰਦਾ ਉਹ ਪੱਟ ਕੇ ਲੈ ਕੇ ਗਈ ਸੀ ਕਿ ਤੁਸੀਂ ਸਾਡਾ ਬੰਦਾ ਲੈ ਕੇ ਗਏ, ਅਸੀਂ ਤੁਹਾਡਾ MLA ਲੈ ਆਉਂਦੇ ਹਾਂ, ਆਹ ਫੜੋ ਸਾਹਿਬ ਬਰਾਬਰ 19-21-31 ਪਾਏ ਉਹਨਾਂ ਨੇ, ਕਾਲ ਲੈ ਲਈਏ ਪਹਿਲਾਂ, ਇੱਕ ਕਾਲ ਲੈ ਲਓ ਜੀ। ਹੈਲੋ, ਹਾਂਜੀ ਭੈਣ ਜੀ, ਕੀ ਸਵਾਲ ਹੈ? ਤੇ ਕਹਿੰਦੀ ਮੈਨੂੰ ਆਮ ਆਦਮੀ ਦੀ ਪਾਰਟੀ ਕਾਂਗਰਸ ਲੱਗੀ ਹੈ, ਜਿਹੜੀ ਕਿ ਆਮ ਆਦਮੀਆਂ ਦੇ ਕੰਮ ਕਰ ਰਹੀ ਹੈ, ਬਿਜਲੀ ਦੇ ਕੰਮ ਕਰ ਰਹੀ ਹੈ, ਲੋਕਾਂ ਦੇ ਮਕਾਨ ਨੌ ਕਰ ਰਹੀ ਹੈ, ਉਹਨਾਂ ਦੇ ਬਹੁਤ ਵਧੀਆ ਲੱਗਿਆ ਕਹਿੰਦੇ ਮੈਨੂੰ, ਤੇ ਬਹੁਤ ਵਧੀਆ ਸ਼ਾਨਦਾਰ ਪਾਰਟੀ ਹੈਗੀ, ਇਸ ਕਰਕੇ ਮੈਂ ਇਹਦੇ ਵਿੱਚ ਸ਼ਾਮਿਲ। ਕੱਲ ਹੀ ਅਧਿਐਨ ਕੀਤਾ ਚਾਵਲਾ ਸਾਹਿਬ ਰੁਪਿੰਦਰ ਕੌਰ ਰੂਬੀ ਨੇ, ਬਠਿੰਡਾ ਦਿਹਾਤੀ ਦੀ MLA ਹੈਗੇ ਆਮ ਆਦਮੀ ਪਾਰਟੀ ਦੀ, ਤੇ ਇਹਨਾਂ ਨੇ ਕਾਂਗਰਸ ਵਿੱਚ ਜੁਆਇਨ ਕਰਕੇ ਹੁਣ ਚੰਨੀ ਜੀ ਨੇ ਕਿਹਾ, ਕਹਿੰਦੇ ਬਹੁਤ ਵਧੀਆ ਸਾਨੂੰ ਲੱਗਿਆ ਬੀਬੀ ਸਾਡੀ ਪਰਿਵਾਰ ਦੀ ਮੈਂਬਰ ਬਣੀ ਆ, ਤੇ ਹੁਣ ਅਸੀਂ ਇਹਨਾਂ ਨੂੰ ਪਰਿਵਾਰ ਦੇ ਨਾਲ ਜੁੜਾ ਕੇ, ਸਾਨੂੰ ਕਹਿੰਦਾ ਇਹ ਬੜੀ ਖੁਸ਼ੀ ਦੀ ਗੱਲ ਆ ਕਿ ਇਹਨਾਂ ਨੇ ਟਿਕਟ ਦੀ ਮੰਗ ਵੀ ਸਾਨੂੰ ਕੀਤੀ, ਵੀ ਉਹ ਕਹਿੰਦੇ ਮੈਂ ਕਾਂਗਰਸ ਨਾਲ ਜੁੜਨਾ ਚਾਹੁੰਦੇ ਹਾਂ, ਮਤਲਬ ਕਿ ਇਹਨੂੰ ਟਿਕਟ ਵੀ ਸ਼ਾਇਦ ਨਾ ਹੀ ਮਿਲੇ ਕਿਤੋਂ, ਤੇ ਇਸ ਗੱਲ ਦਾ ਪੱਕਾ ਹੋ ਗਿਆ। ਚਾਵਲਾ ਸਾਹਿਬ ਬਹੁਤ ਸਾਰੇ ਲੋਕਾਂ ਨੇ
ਛੋਟੀਆਂ ਪਾਰਟੀਆਂ ਚੋਂ, ਕੋਈ ਬਹੁਜਨ ਸਮਾਜ ਪਾਰਟੀ ਤੋਂ, ਹਰਦਿਆਲ ਸਿੰਘ ਕੰਬੋਜ ਵਰਗੇ ਬੰਦੇ, ਹੋਰ ਬਹੁਤ ਸਾਰੇ ਬੰਦੇ, ਕੋਈ ਛੋਟੀਆਂ ਪਾਰਟੀਆਂ ਦੇ ਵਿੱਚ ਵੱਡੇ ਅਹੁਦੇ ਤੇ ਜਾ ਕੇ ਫਿਰ ਉਹ ਇਹਨਾਂ ਪਾਰਟੀਆਂ ਵਿੱਚ ਸ਼ਾਮਿਲ ਹੋ ਜਾਂਦੇ ਆ। ਉਹੀ ਜਿਹੜਾ ਕਰਮ ਕੀਤਾ ਰੁਪਿੰਦਰ ਕੌਰ ਰੂਬੀ ਨੇ, ਚੰਗਾ ਮਾੜਾ ਤਾਂ ਗੱਲ ਵੱਖਰੀ ਗੱਲ ਆ। ਮੌਕੇ ਤੇ ਹਾਜ਼ਰ ਸੀਗੇ ਨਵਜੋਤ ਸਿੱਧੂ ਨੇ, ਬਹੁਤਾ ਨੇ ਬੋਲਿਆ ਕੁਛ, ਸਿਰਫ ਇੰਨਾ ਹੀ ਆਖਿਆ ਕਿ ਅਸੀਂ ਸਵਾਗਤ ਕਰਦੇ ਹਾਂ, ਰੂਬੀ ਤਾਂ ਸਾਡੀ ਭੈਣ ਸਾਡੇ ਵਿੱਚ ਆਈ ਆ, ਅਸੀਂ ਤਾਂ ਬਹੁਤ ਸਵਾਗਤ ਕਰਦੇ ਹਾਂ। ਮਨਪ੍ਰੀਤ ਸਿੰਘ ਬਾਦਲ ਨਾਲ ਸੀ, ਕੋਈ ਡਿਸਟ੍ਰਿਕਟ ਬਠਿੰਡਾ ਆਏਗਾ ਤੇ ਬਠਿੰਡੇ ਵਾਲੇ ਬਾਈ ਤੇ ਫਿਰ ਨਾਲ ਹੋਣਗੇ, ਤੇ ਉੱਥੇ ਅੱਛੇ ਗੈਦਰਿੰਗ ਦੇ ਵਿੱਚ ਜਿਹੜੀ ਕਿ ਉਹ ਸ਼ਾਮਿਲ ਹੋਈ ਹੈ ਵਿੱਚ, ਤੇ ਬੜੀ ਖੁਸ਼ੀ ਹੋ ਰਹੀ ਸੀਗੀ, ਤੇ ਖੁਸ਼ੀ ਹੋ ਕੇ ਭਾਸ਼ਣ ਵੀ ਬੜਾ ਲਚਕਦਾਰ ਦਿੱਤਾ ਜਾਵੇਗਾ ਸਰ। ਕੱਲ ਤੱਕ ਉਹ ਆਮ ਆਦਮੀ ਪਾਰਟੀ ਦੀ MLA ਸੀ ਤੇ ਹੁਣ ਉਹਦੇ ਵਿੱਚ ਹੀ ਉਹਨੂੰ ਊਣ ਤਾਈਆਂ ਤਰੁੱਟੀਆਂ ਜਿਹੜੀਆਂ ਨੇ ਝਾੜੂ ਦੇ ਵਿੱਚ ਨਜ਼ਰ ਆਉਣ ਲੱਗ ਪਈਆਂ। ਇਹ ਵੀ ਵੇਖਣ ਸੁਣਨੂੰ ਸੋਸ਼ਲ ਨੈਟਵਰਕ ਮੀਡੀਆ 'ਤੇ ਜਿਵੇਂ ਮਤਲਬ ਤੋਏ ਤੋਏ ਹੋ ਰਹੀ ਹੈ ਪਾਰਟੀ ਬਦਲਣ ਤੋਂ ਬਾਅਦ, ਉਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਵੀ ਦਲ ਬਦਲਦਾ ਨੇਤਾ ਜਿਹੜਾ ਹੈ ਉਹਦੀ ਹੋ ਰਹੀ ਹੈ। ਔਰ ਮੈਂ ਸਮਝਦਾ ਕਿ ਕਮੈਂਟ ਕਰਨ ਲੱਗਿਆਂ ਜ਼ਰੂਰ ਕਰੋ ਕਮੈਂਟ, ਤੁਹਾਡਾ ਹੱਕ ਆ, ਪਰ ਸ਼ਬਦਾਵਲੀ ਨੂੰ ਇੰਨੀ ਨੀਵਾਂ ਨਾ ਲੈ ਕੇ ਜਾਓ ਕਿ ਮੁੜ ਕੇ ਜੇ ਉਸ ਹੀ ਗਰੁੱਪ ਦੇ ਵਿੱਚ ਤੁਹਾਡੀ ਮਾਂ ਭੈਣ ਪਰਿਵਾਰ ਦਾ ਕੋਈ ਮੈਂਬਰ ਹੋਵੇ ਅਤੇ ਤੁਹਾਨੂੰ ਆਇਡੈਂਟੀਫਾਈ ਕਰ ਲਵੇ ਅਤੇ ਉਹ ਸ਼ਰਮਸ਼ਾਰ ਹੋਵੇ ਵੀ ਆਹ ਮੇਰਾ ਬਾਪੂ, ਆਹ ਮੇਰਾ ਭਰਾ ਵਾ, ਇਹ ਭੇਸ ਬਦਲ ਕੇ ਇਹੋ ਜਿਹੇ ਕਮੈਂਟ ਕਰਦਾ, ਫਿਰ ਤੁਹਾਨੂੰ ਅੱਖਾਂ ਨੀਵੀਆਂ ਕਰਨੀਆਂ ਪੈ ਜਾਣ। ਹੈ ਨਾ, ਉਹ ਨਾ ਕੰਮ ਕਰੋ, ਕਮੈਂਟ ਕਰੋ, ਜੀ ਸਦਕੇ ਕਰੋ, ਤੁਹਾਡਾ ਹੱਕ ਹੈ। ਤੁਸੀਂ ਸਹੀ ਸ਼ਬਦਾਂ ਦੇ ਵਿੱਚ ਵੀ ਅਗਲੇ ਨੂੰ ਜਿਹੜਾ ਹੈ ਨਾ ਉਹ ਗੁੜ ਦਿੱਤਿਆਂ, ਜੇ ਕੋਈ ਮਰ ਜਾਵੇ ਜ਼ਹਿਰ ਦੇਣ ਦੀ ਲੋੜ ਨਹੀਂ, ਇਹੋ ਜਿਹਾ ਕੰਮ ਵੀ ਕਰ ਸਕਦੇ ਹੋ। ਵੋਇਸ ਆਫ ਸਿਟੀ 3020 ਸਵਾਲ ਪੁੱਛਿਆ ਅਮਨ ਅਰੋੜਾ ਨੇ, ਸਰਕਾਰ ਨੂੰ ਵਾਈਟ ਪੇਪਰ ਜਾਰੀ ਕਰਨ ਲਈ ਕਿਹਾ, ਕੱਚੇ ਅਤੇ 5 ਸਾਲਾਂ ਵਿੱਚ ਪੱਕੇ ਕੀਤੇ ਮੁਲਾਜ਼ਮਾਂ ਲਈ ਕੀ ਕਹਿਣਾ ਚਾਹੋਗੇ? ਹਾਂ ਚਲੋ ਸਰ, ਬੜਾ ਵੱਡਾ ਸਵਾਲ ਆ ਅਸਲ ਵਿੱਚ ਅਮਨ ਅਰੋੜਾ ਦਾ, ਸਹੀ ਗੱਲ ਆ ਉਹਦੀ, ਤੇ ਉਸਨੇ ਕਿਹਾ ਹੈ ਕਿ ਜਿਹੜੇ ਮੁਲਾਜ਼ਮ ਤੁਹਾਡੇ ਕੱਚੇ ਚੱਲ ਰਹੇ ਆ ਇਸ ਟਾਈਮ, ਹੁਣ ਤੱਕ ਜਿਹੜੇ ਮੁਲਾਜ਼ਮ ਤੁਹਾਡੇ ਕੰਮ ਨੀ ਕੰਮ ਕੀਤਾ ਤੇ ਤੁਸੀਂ ਇਹਨਾਂ ਪ੍ਰਤੀ ਕੁਝ ਨੀ ਕੀਤਾ, ਜਿਹਨਾਂ ਵਿੱਚ ਕਿ ਕੁੱਲ ਅਸੀਂ ਚਾਹੁੰਦੇ ਹਾਂ ਕਿ ਸੂਬੇ ਦੇ ਕੁੱਲ ਬੇਰੁਜ਼ਗਾਰ ਦੀ ਗਿਣਤੀ, ਬੇਰੁਜ਼ਗਾਰੀ ਭੱਤਾ ਹਾਸਲ ਕਰ ਰਹੇ ਬੇਰੁਜ਼ਗਾਰ ਜ਼ਿਲ੍ਹਾ ਪੱਧਰੀ ਅੰਕੜੇ, ਵੱਖ ਵੱਖ ਵਿਭਾਗਾਂ 'ਚ ਠੇਕਾ ਅਤੇ ਆਊਟਸੋਰਸਿੰਗ ਤਹਿਤ ਨੌਕਰੀ ਕਰ ਰਹੇ ਕੱਚੇ ਮੁਲਾਜ਼ਮਾਂ ਦੀ ਸੰਖਿਆ, ਸਰਕਾਰੀ ਕਾਲਜਾਂ 'ਚ ਕਈ ਸਾਲਾਂ ਦੇ ਬਤੌਰ ਗੈਸਟ ਫੈਕਲਟੀ ਸੇਵਾਵਾਂ ਦੇ ਰਹੇ ਅਧਿਆਪਕਾਂ ਸਮੇਤ, ਸਾਨੂੰ ਜਿਹੜੇ ਪਿਛਲੇ ਪੌਣੇ ਸਾਲਾਂ ਵਿੱਚ ਕਿੰਨੇ ਤੁਸੀਂ ਨਵੀਂ ਭਰਤੀ ਕੀਤੀ ਹੈ ਤੇ ਕਿੰਨੇ ਪੱਕੇ ਕੀਤੇ ਆ, ਇਸ ਸੰਬੰਧ ਵਿੱਚ ਵਿਭਾਗੀ ਪੱਧਰ ਤੇ ਇੱਕ ਵਾਈਟ ਪੇਪਰ ਜਾਰੀ ਕਰੋ ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ ਨਾ ਵੀ ਤੁਸੀਂ ਕੀ ਕੀਤਾ ਜੀ। ਇਸ ਸੰਬੰਧ ਵਿੱਚ ਚਾਵਲਾ ਸਾਹਿਬ, ਜਿਹੜਾ ਪੰਜਾਬ ਦੇ ਵਿੱਚ ਨਾ ਕਾਫੀ ਪ੍ਰੋਟੈਸਟ ਹੋਣੇ ਸ਼ੁਰੂ ਹੋ ਗਏ ਆ, ਚੰਨੀ ਸਰਕਾਰ ਨੇ 36,000 ਮੁਲਾਜ਼ਮ ਪੱਕੇ ਕਰਨ ਦਾ ਫੈਸਲਾ ਕੀਤਾ ਤੇ ਉਹਨਾਂ ਦੇ ਵਿੱਚ ਜਿਹੜੇ 10 ਸਾਲਾਂ ਦੀ ਨੌਕਰੀ ਪੂਰੀ ਕਰ ਚੁੱਕੇ ਆ ਉਹਨਾਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ। ਹੁਣ 10 ਸਾਲਾਂ ਵਾਲੇ ਬੰਦੇ ਘੱਟ ਹੋਣਗੇ, ਇਹਦੇ ਵਿੱਚ ਚੌਥਾ ਦਰਜਾ ਕਰਮਚਾਰੀ ਹੈਗੇ ਆ, ਕੁਝ ਹੋਰ ਮੁਲਾਜ਼ਮ ਹੈਗੇ, ਅਧਿਆਪਕ ਹੈਗੇ, ਕਹਿੰਦੇ ਸਾਨੂੰ 5-5 ਸਾਲ ਹੋ ਚੁੱਕੇ ਆ ਤੇ ਅਸੀਂ ਪੱਕੇ ਨੀ ਫਿਰ ਹੋਵਾਂਗੇ, ਸਾਨੂੰ ਪੱਕੇ ਕਿੱਥੇ ਜਾਊਗਾ, ਪ੍ਰੋਟੈਸਟ ਸ਼ੁਰੂ ਹੋ ਚੁੱਕੇ ਆ। 10 ਸਾਲ ਦਾ ਸਮਾਂ ਤੇ ਵੈਸੇ ਵੀ ਟੂ ਮੱਚ ਹੈ, ਇਹਦੇ ਵਿੱਚ ਜਿਹੜੀ ਸੀਨੀਓਰਿਟੀ ਆ 3 ਸਾਲ ਮਿਨੀਮਮ 3 ਸਾਲ ਹੋ ਜਾਣੀ ਚਾਹੀਦੀ ਹੈ, 10 ਸਾਲ ਤੇ ਟੂ ਮੱਚ ਹੈ। ਜਿਹੜੇ 10 ਸਾਲ ਤੋਂ ਉਹਨੇ ਉਹ ਪ੍ਰਿਓਰਟੀ ਹੋਣੀ ਚਾਹੀਦੀ ਹੈ, ਉਹਨਾਂ ਦੀ ਜਿਹੜੀ ਸੀਨੀਓਰਿਟੀ ਹੋਣੀ ਚਾਹੀਦੀ ਹੈ ਉਹ ਪ੍ਰਿਓਰਟੀ ਆਧਾਰ 'ਤੇ ਹੋ, ਜਿਹੜੇ 3 ਸਾਲ ਨੇ ਉਹਨਾਂ ਦੀ ਸੀਨੀਓਰਿਟੀ ਜਿਹੜਾ ਪਹਿਲਾਂ ਆਇਆ ਉਹਦੇ ਨਾਲ ਬਣਨੀ ਚਾਹੀਦੀ। ਪਰ ਉੱਥੇ ਤੁਹਾਨੂੰ ਪਤਾ ਹੈ ਨਾ ਵਿਵੇਕ ਪੁੱਤੀ ਚਿੱਟੇ ਵਾਲੀ ਕੰਮ ਹੋਣੀ ਹੈ, ਜਿਹਦੀ ਪਹੁੰਚ ਹੋਈ ਉਹਨੇ ਆਪਣੀ ਫਾਈਲ ਗਾਂਹ ਕਰ ਲੈਣੀ ਹੈ। ਅੱਛਾ, 2 ਸਵਾਲ ਨੇ, ਜਵਾਬ ਮੈਂ 1 ਮਿੰਟ 'ਚ ਲੈਣਾ ਤੁਹਾਡੇ ਕੋਲ, 2 ਮਿੰਟਾਂ ਦੇ ਵਿੱਚ। ਮੁਕੇਸ਼ ਅੰਬਾਨੀ ਦੇ ਘਰ ਦਾ ਪਤਾ ਪੁੱਛਣ ਵਾਲਾ ਜਿਹੜਾ ਦਾੜੀ ਮੁੱਛਾਂ ਅਤੇ ਉਰਦੂ ਬੋਲਣ ਵਾਲਾ ਸ਼ਰੇਸ਼ ਵਿਸਾਂਜੀ, ਇੱਕ ਪਟੇਲ ਨਿਕਲਿਆ, ਬਦਨਾਮ ਦੂਜਿਆਂ ਨੂੰ ਕੀਤਾ ਜਾ ਰਿਹਾ। ਵਿਰਾਟ ਕੋਹਲੀ ਦੀ ਬੇਟੀ ਵਾਲੀ, ਮੈਂ ਉਸ ਸ਼ਖਸ ਦੀ ਬੜੀ ਨਿਖੇਧੀ ਕੀਤੀ ਹੈ ਕਿ ਛੋਟੀ ਜਿਹੀ ਬੱਚੀ ਨਾਲ ਦੁਸ਼ਕਰਮ ਕਰਨ ਵਾਲਾ, ਧਮਕੀ ਦੇਣ ਵਾਲਾ, ਇਹ ਜੀ ਗੁਆਂਢੀ ਮੁਲਕ ਸਾਨੂੰ ਨਜ਼ਰ ਆਉਂਦਾ ਹੁੰਦਾ ਹਰ ਇਹੋ ਜਿਹੀ ਗੱਲ ਦੇ ਵਿੱਚ ਸਾਡੇ ਭਗਤਾਂ ਨੂੰ। 23 ਸਾਲਾ ਦੋਸ਼ੀ ਜਿਹੜਾ ਹੈ ਰਾਮਾ ਨਗੇਸ਼ ਹੈਦਰਾਬਾਦ ਤੋਂ ਗ੍ਰਿਫਤਾਰ ਹੋਇਆ, ਕੀ ਕਹਿਣਾ ਚਾਹੋਗੇ ਇਹ ਦੋਨਾਂ ਸਵਾਲਾਂ ਦੇ? ਚਾਵਲਾ ਸਾਹਿਬ, ਇਹ ਦੋਵੇਂ ਖਬਰਾਂ ਬੜੀਆਂ ਰਿਲੇਟਿਵ ਨੇ, ਬਹੁਤ ਵੱਡੀਆਂ ਖਬਰਾਂ ਨੇ। ਮੁਕੇਸ਼ ਅੰਬਾਨੀ ਜਿਹੜਾ ਹੈਗਾ, ਉਸ ਦਾ ਜਿਹੜਾ ਕਿ ਰਹਿਸ ਹੈਗੀ ਆ ਬੰਬੇ ਦੇ ਵਿੱਚ, ਉਸ ਦੇ ਬਾਹਰ ਕਿਤੇ 2 ਮੁੰਡੇ ਇੱਕ ਟੈਕਸੀ ਡਰਾਈਵਰ ਨੂੰ ਪੁੱਛ ਰਹੇ ਸੀ ਗੱਲਬਾਤ, ਦਾੜੀ ਵਾਲੇ ਵੀ ਸੀ ਟੈਕਸੀ ਡਰਾਈਵਰ, ਕਹਿੰਦਾ ਉਰਦੂ 'ਚ ਗੱਲ ਵੀ ਕਰ ਰਹੇ ਸੀ, ਲੱਗਿਆ ਟੈਕਸੀ ਡਰਾਈਵਰ ਨੂੰ ਉਰਦੂ 'ਚ ਗੱਲ ਕਰ ਰਹੇ ਸੀਗੇ, ਤੇ ਉਸ ਸੰਬੰਧ ਵਿੱਚ ਉਹ ਟੈਕਸੀ ਡਰਾਈਵਰ ਨੇ ਮਾੜੀ ਜਿਹੀ ਗੱਲ ਕੀਤੀ ਪੁਲਿਸ ਕੋਲੇ, ਤੇ ਪੁਲਿਸ ਨੇ ਉੱਥੇ ਬਹੁਤ ਮੁਕੇਸ਼ ਅੰਬਾਨੀ ਦੇ ਚਾਰਜ ਵੇਲੇ ਪੁਲਿਸ ਦਾ ਘੇਰਾ ਲਾਤਾ। ਇਸ ਤੋਂ ਪਹਿਲਾਂ ਇੱਕ ਕਾਰ ਦੇ ਵਿੱਚ ਕੁਝ ਵਿਸਫੋਟਕ ਸਮੱਗਰੀ ਮਿਲੀ ਸੀਗੀ, ਉਹ ਕਹਿੰਦੇ ਮੁਕੇਸ਼ ਅੰਬਾਨੀ ਦਾ ਘਰ ਉਡਾਉਣ ਵਾਸਤੇ ਸਮੱਗਰੀ ਆਈ ਆ, ਤੇ ਉਸ ਤੋਂ ਬਾਅਦ ਹੁਣ ਬੜਾ ਸਖਤੀ ਹੋਈ ਆ, ਤੇ ਜਦੋਂ ਉਹ ਬੰਦਾ ਫੜਿਆ ਗਿਆ ਸਾਹਮਣੇ ਕਿਤੇ ਆਪਣੇ ਆਪ ਨੂੰ, ਉਹ ਬੰਦਾ
ਜਿਹੜਾ ਬੜਾ ਵੱਡੇ ਪੱਧਰੇ ਚੜਾਇਆ ਮੀਡੀਆ ਨੇ ਕਿ ਆਪਣਾ ਜਿਹਾਦੀ ਹੈ ਜੀ, ਉਹ ਉਰਦੂ ਬੋਲਣ ਵਾਲਾ ਬੰਦਾ ਹੈਗਾ ਜੀ, ਪਾਕਿਸਤਾਨ ਤੋਂ ਆਇਆ ਜੀ, ਬੰਬੇ ਦੇ ਵਿੱਚ ਆਇਆ, ਬੜੇ ਵੱਡੇ ਵੱਡੇ ਪ੍ਰੋਗਰਾਮ ਪੇਸ਼ ਕੀਤੇ ਇਹਨਾਂ ਗੋਦੀ ਮੀਡੀਆ ਵਾਲਿਆਂ ਨੇ। ਤੇ ਇਹਨਾਂ ਉਸ ਤੋਂ ਬਾਅਦ ਹੁਣ ਜਦੋਂ ਪਤਾ ਲੱਗਿਆ ਕਿ ਉਹਦਾ ਸੁਰੇਸ਼ ਵਿਸ਼ਾਂਗੀ ਜਿਹੜਾ ਹਿੰਦੂ ਸੀਗਾ, ਉਹ ਕਹਿੰਦਾ ਮੈਂ ਤਾਂ ਵੈਸੇ ਪੁੱਛ ਰਿਹਾ ਸੀਗਾ ਪਤਾ, ਕਹਿੰਦਾ ਮੈਂ ਤਾਂ ਦੇਖਣਾ ਚਾਹੁੰਦਾ ਸੀਗਾ, ਮੈਂ ਤਾਂ ਗੁਜਰਾਤ ਤੋਂ ਆਇਆ, ਮੈਂ ਤਾਂ ਦੇਖਣਾ ਚਾਹੁੰਦਾ ਵੀ ਮੁਕੇਸ਼ ਅੰਬਾਨੀ ਦਾ ਘਰ ਕਿਹੋ ਜਿਹਾ, ਤਾਂ ਪੁੱਛਿਆ ਜੀ ਪਤਾ, ਕਹਿੰਦਾ ਤੁਸੀਂ ਜ਼ਬਰਦਸਤੀ ਕਹਿੰਦਾ ਮੇਰੇ ਉੱਤੇ ਕੀ ਕਰਨ ਲੱਗਦੇ। ਵਿਰਾਟ ਕੋਹਲੀ ਦੀ ਬੇਟੀ ਹੈ, ਉਸ ਦੇ ਪ੍ਰਤੀ ਗਲਤ ਸਿਧਾਂਤ ਦੀ ਬੋਲਣ ਵਾਲਾ 23 ਸਾਲਾ ਦੋਸ਼ੀ, ਉਸ ਬਾਰੇ ਵੀ ਬਹੁਤ ਕੁਝ ਬੋਲਿਆ ਇਹਨਾਂ ਨੇ, ਜਿਹੜਾ ਗੋਦੀ ਮੀਡੀਆ ਵਾਲਿਆਂ ਨੇ, ਉਹੀ ਸੇਮ ਵੀ ਉਹ ਇਹ ਬਸ ਉਹੀ ਹੋ ਸਕਦੇ ਆ, ਉਹੀ ਨਹੀਂ ਜੀ ਧਮਕੀ ਦੇਣ ਵਾਲੇ ਬੰਦੇ, ਕਿਉਂਕਿ 2020 T20 ਵਿੱਚ ਹਾਰ ਰਹੇ ਸੀਗੇ ਉਹ, ਤੇ ਉਹਦੇ ਖਿਲਾਫ਼ ਫਿਰ ਕੁਝ ਲੋਕ ਬੋਲੇ ਸੀਗੇ ਵਿਰਾਟ ਦੇ ਖਿਲਾਫ਼, ਇਸ ਬੰਦੇ ਦੀ ਧਮਕੀ ਦਿੱਤੀ, ਤੇ ਇਹ ਵੀ ਫਿਰ ਨਾ ਰਾਮ ਨਾਗੇਸ਼ ਹਿੰਦੂ ਵੀ ਨਿਕਲਿਆ ਜੀ, ਤੇ ਹੁਣ ਮੀਡੀਆ ਚੁੱਪ ਹੈਗਾ, ਚਾਵਲਾ ਹੁਣ ਚੀਕਾਂ ਬੰਦ, ਹੁਣ ਡੈਪਰ ਲਾਉਣੇ ਪੈਣੇ ਆ। ਮਿਹਰਬਾਨੀ, ਬਿਲਕੁਲ, ਥੈਂਕ ਯੂ ਜੀ, ਧੰਨਵਾਦ ਚਾਵਲਾ ਸਰ, ਬਹੁਤ ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।